ਤੇ ਇਹ ਹੈਗਾ ਮੇਰਾ ਕਿਚਨ ਤੇ ਮੈਂ ਕਰਨ ਲੱਗੀ ਸੀ ਜਰਾ ਕਿਚਨ ਦੀ ਚਾਰ ਕਿਵੇਂ ਪਹਿਲੀ ਗੱਲ ਕਰਕੇ ਤੇ ਮੈਂ ਕਿਹਾ ਚਲੋ ਹੁਣ ਤੁਹਾਡੇ ਨਾਲ ਗੱਲਾਂ ਵੀ ਕਰਨਾ ਦੇਖ ਲਿਆ ਕਿਚਨ ਦਾ ਕੀ ਹਾਲ ਆ ਟਾਈਮ ਨਹੀਂ ਮਿਲਿਆ ਸੀ ਕੁਛ ਦਿਨਾਂ ਤੋਂ ਨਾ ਬਸ ਇਸ ਵੇਲੇ ਤਾਂ ਹਾਲ ਹੋ ਗਿਆ ਚਲੋ ਅੱਜ ਜਿੰਨਾ ਕੁ ਟਾਈਮ ਆਇਆ ਉਨਾ ਕੁ ਕਰ ਲੈਂਦੇ ਬਾਕੀ ਫਿਰ ਸਾਰਾ ਕਰਾਂਗੇ ਕਿਸੇ ਦਿਨ ਦਰਅਸਲ ਨਾ ਕਿਚਨ ਹੈਗਾ ਮੇਰਾ ਨਾ ਬਰਾਮ ਯਾਨੀ ਕਿ ਕਮਰਿਆਂ ਤੋਂ ਬਾਹਰ ਅਤੇ ਥੋੜ੍ਹੀ ਜਿਹੀ ਹਵਾ ਚੱਲਦੀ ਹੈ ਨਾ ਅਤੇ ਇੰਝ ਮਿੱਟੀ ਪੈਂਦੀ ਆ ਬਰਤਨਾਂ 'ਤੇ ਜਿਵੇਂ ਪੈਨ ਦਾ ਹੱਥ ਹੁੰਦਾ ਹੈ ਜਿਵੇਂ ਕਿਸੇ ਨੇ ਨਾ ਮੁੱਠਾਂ ਭਰ ਭਰ ਕੇ ਇੰਝ ਸੁੱਟਦੇ ਥੋੜ੍ਹੀ ਜਿਹੀ ਹਵਾ ਚੱਲਦੀ ਆ ਪੂਰੇ ਕਿਚਨ ਦਾ ਨਕਸ਼ਾ ਹੀ ਬਦਲ ਜਾਂਦਾ ਫਿਰ ਮੈਂ ਸੋਚਿਆ ਚਲੋ ਅੱਜ ਵਿਹਲੀ ਸੀ ਅਤੇ ਕੰਮ ਨਹੀਂ ਕਰਾਂ ਨਾ ਤੁਹਾਡੇ ਨਾਲ ਪਤਾ ਨਹੀਂ ਕਰਾਂ ਵੈਸੇ ਮਾਸ਼ਾ ਮੈਂ ਕਾਫੀ ਦੇਖੇ ਨੇ ਘਰ ਬਣੇ ਹੋਏ ਮਾਸ਼ਾ ਬਹੁਤ ਪਿਆਰੇ ਕਿਚਨ ਬਣੇ ਹੁੰਦੇ ਨੇ ਐਵੇਂ ਦੇ ਕਿਚਨ ਬਣੇ ਹੁੰਦੇ ਨੇ ਕਿ ਕਿਸੇ ਸਾਈਡ ਤੋਂ ਵੀ ਜਿਹੜਾ ਨਾ ਮਿੱਟੀ ਆਉਣ ਦਾ ਤਾਂ ਚਾਂਸ ਹੀ ਨਹੀਂ ਹੁੰਦਾ ਕਿ ਕਈਆਂ ਨੇ ਤਾਂ ਜਿਹੜਾ ਵਾ ਯਾਨੀ ਕਿ ਹੁੰਦਾ ਡਰਾਇੰਗ ਰੂਮ ਹੁੰਦਾ ਉਹਦੇ ਸਾਹਮਣੇ ਕਿਚਨ ਬਣਾਏ ਹੁੰਦੇ ਨੇ ਕਿ ਚਲੋ ਜੀ ਮਹਿਮਾਨ ਬੈਠਣ ਸਾਹਮਣੇ ਅਤੇ ਅਸੀਂ ਦੇਖ ਰਹੇ ਹਾਂ ਤਾਂ ਮੇਰਾ ਘਰ ਹੀ ਅਤੇ ਸਾਡਾ ਕਿਚਨ ਜ਼ਰਾ ਹੋਰ ਤਰੀਕੇ ਦਾ ਅਤੇ ਐਸ ਹੋਇਆ ਪੈ ਹਰ ਚੀਜ਼ ਜਲਦੀ ਗੰਦੀ ਹੁੰਦੀ ਮਿੱਟੀ ਪੈ ਜਾਂਦੀ ਆ ਬਰਤਨਾਂ 'ਚ ਚੁੱਲ੍ਹਾ ਖਰਾਬ ਹੋ ਜਾਂਦਾ ਹੈ ਚੁੱਲ੍ਹੇ 'ਤੇ ਮਿੱਟੀ ਬਰਤਨਾਂ 'ਤੇ ਮਿੱਟੀ ਹਰ ਚੀਜ਼ 'ਤੇ ਮਿੱਟੀ ਬਸ ਦੁਆ ਇਹੀ ਆ ਅੱਲਾ ਮੇਰੇ ਅੱਗੇ ਅੱਲਾ ਮੇਰੇ ਹਰ ਕਿਸੇ ਨੂੰ ਮਾਸ਼ਾਅੱਲਾ ਹਰ ਕਿਸੇ ਨੂੰ ਇੰਨਾ ਪਿਆਰਾ ਘਰ ਦੇਵੇ ਕਿ ਜਿਵੇਂ ਉਹਨਾਂ ਦੇ ਦਿਲ 'ਚ ਖੁਆਇਸ਼ ਹੁੰਦੀ ਹੈ ਜਿਵੇਂ ਮੇਰੇ ਦਿਲ 'ਚ ਹਰ ਕਿਸੇ ਇਨਸਾਨ ਦੀ ਹੁੰਦੀ ਹੈ ਕਿ ਮੇਰਾ ਘਰ ਬਹੁਤ ਖੂਬਸੂਰਤ ਹੋ ਰਿਹਾ ਹੈ ਅਤੇ ਅੱਲਾ ਹਰ ਕਿਸੇ ਨੂੰ ਉਹਦੀ ਸੋਚ ਦੇ ਮੁਤਾਬਕ ਘਰ ਦੇਵੇ ਹਰ ਕਿਸੇ ਦੀ ਆਸ ਮੁਰਾਦ ਪੂਰੀ ਹੋਵੇ ਅਤੇ ਦੁਆ ਕਰਨਾ ਕਿ ਅੱਲਾ ਮੈਨੂੰ ਸੋਹਣਾ ਸੋਹਣਾ ਘਰ ਦੇਵੇ ਵੈਸੇ ਮਾਸ਼ਾਅੱਲਾ ਮੇਰਾ ਘਰ ਬੜਾ ਪਿਆਰਾ ਮਗਰ ਫਿਰ ਵੀ ਹਰ ਇਨਸਾਨ ਕਹਿੰਦੇ ਨਾ ਕਿ ਇੱਕ ਚੀਜ਼ ਬੰਦੇ ਕੋਲ ਹੋਵੇ ਨਾ ਅਤੇ ਬੰਦਾ ਹੋਰ ਵੀ ਅੱਛੇ ਦੀ ਉਮੀਦ 'ਚ ਹੁੰਦਾ ਜੇ ਉਹ ਚੀਜ਼ ਦਾ ਪਿਆਰ ਜਿਹੜੇ ਫਿਰ ਹੋਰ ਵੀ ਅੱਛੇ ਦੀ ਉਮੀਦ 'ਚ ਹੁੰਦਾ ਘਰ ਮਾਸ਼ਾਅੱਲਾ ਮੇਰਾ ਬਹੁਤ ਪਿਆਰਾ ਹੈ ਅਲਹਮਦੁਲਿਲਾ ਸ਼ੁਕਰ ਅੱਲਾ ਦਾ ਅਤੇ ਮਗਰ ਫਿਰ ਵੀ ਹੈ ਅੱਲਾ ਹੋਰ ਵੀ ਅੱਛਾ ਦੇ ਬਾਕੀ ਤੁਸੀਂ ਲੋਕ ਵੀ ਦੁਆ ਕਰਨਾ ਮੈਂ ਤਾਂ ਕਰਦੀ ਹਾਂ ਬਾਕੀ ਮਨਜ਼ੂਰ ਕਰਨ ਵਾਲੀ ਖੁਦਾ ਦੀ ਜ਼ਾਤ ਆ ਦੇਖੋ ਕਿਹਦੀ ਦੁਆ ਕਬੂਲ ਹੋਈ ਅੱਜ ਕੱਲ੍ਹ ਹੈ ਮੱਖੀਆਂ ਦਾ ਵੀ ਦੂਰ ਅਤੇ ਜਿਹੜੀਆਂ ਮੱਖੀਆਂ ਨਾ ਇਹ ਖਾਸ ਤੌਰ 'ਤੇ ਨਿਸ਼ਾਨ ਛੱਡ ਜਾਂਦੀਆਂ ਹਰ ਚੀਜ਼ 'ਤੇ ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਐਵੇਂ ਸਾਫ਼ ਹੋਏਗੀ ਝਾੜਾਂ ਦੀ ਕਿਉਂਕਿ ਮੱਖੀਆਂ ਨੇ ਨਿਸ਼ਾਨ ਤੱਕ ਪਾਏ ਹੋਏ ਨੇ ਅਤੇ ਇਹਨਾਂ ਨੂੰ ਨਾ ਧੋ ਕੇ ਜਾ ਰਹੀ ਛੁੱਟਣੀ ਆ ਅਤੇ ਇਹਨਾਂ ਨੂੰ ਫਿਰ ਮੈਂ ਧੋਵਾਂਗੀ ਫਿਰ ਸਾਫ਼ ਕਰਾਂਗੀ ਅਤੇ ਫਿਰ ਮਿਲਦੇ ਹਾਂ ਹੋਰ ਵੀਡੀਓ 'ਤੇ ਦੁਆਵਾਂ 'ਚ ਯਾਦ ਰੱਖਣਾ ਉਹ ਖਾਸ ਤੌਰ ਮੇਰੇ ਵਾਸਤੇ ਦੁਆ ਕਰਨਾ ਜੋ ਮੈਂ ਕਿਹਾ ਅੱਲਾ ਹਾਫਿਜ਼